ਆਇਆ ਕਹਿੰਦੇ ਵੀ ਹਜੇ 2 ਮਹੀਨੇ ਬੰਦ ਹੈ ਜੀ। ਅੱਛਾ ਜੀ। ਅਤੇ ਇੱਦੂ ਪਹਿਲਾਂ ਮੈਂ 2 ਵਾਰੀ ਮਤਲਬ ਕਿ ਹੋਟਲ ਬੁੱਕ ਕੀਤਾ ਜੀ, 2-3 ਵਾਰੀ ਕੈਂਸਲ ਕਰਤਾ। ਹੁਣ ਐਤਕੀ 26 ਉਹਨਾਂ ਦੇ ਫਾਦਰ ਸਾਹਿਬ ਗੁੜੀਆ ਦੇ ਸਹੁਰਾ ਸਾਹਿਬ ਢਿੱਲੇ ਹੈ, ਹੁਣ ਉਹਨਾਂ ਦੀ ਬਹੁਤ ਮਜ਼ਦੂਰੀ ਬਣ ਚੁੱਕੀ ਹੈ ਜੀ। ਅਤੇ ਉਹ ਕਹਿੰਦੇ ਵੀ 26 ਦੇ ਰੱਖ ਲਓ। ਮੈਂ ਕਿਹਾ ਮੈਂ ਜਾ ਕੇ ਆਉਣਾ ਜੀ, ਪਾਸ ਬਣ ਗਿਆ ਤਾਂ ਇੱਥੋਂ ਮੈਨੂੰ ਵਾਪਸ ਕਰਤਾ ਜੀ। ਵਾਪਸ ਕਰਤਾ। ਪਹਿਲਾਂ 2 ਵਾਰੀ ਤੁਸੀਂ ਅਸਟੈਂਡ ਕੀਤੀ ਹੈ ਡੇਟ ਜਿਹੜੀ ਅੱਗੇ? ਹਾਂ, ਉਹ ਕੈਂਸਲ ਹੋ ਗਈ। ਕਿਹੜੀਆਂ ਕਿਹੜੀਆਂ ਡੇਟਾਂ ਰੱਖੀਆਂ ਜੀ? ਨੌਂ ਸੀ ਜੀ। ਹਾਂ, 1-15 ਸੀ ਸਰ। 9 ਅਤੇ 15। ਹੁਣ 3ਵੀਂ ਵਾਰੀ ਡੇਟ ਰੱਖੀ ਹੈ? ਅਤੇ 26 ਸਰ, 26 ਰੱਖੀ ਹੈ। ਹਾਂਜੀ ਹਾਂਜੀ। ਮੈਰਿਜ ਕਿਹਦੀ ਸੀ ਆਪਣੇ? ਗੁੜੀਆ ਜੀ, ਮੇਰੀ ਬੇਟੀ ਹੈ। ਬੇਟੀ ਦੀ ਮੈਰਿਜ ਹੈ। ਅੱਛਾ, ਕਿਹੜੀ ਜਗ੍ਹਾ ਕਰਦੇ ਸੀ? ਗਦੜਵਾਹਾ ਜੀ। ਹੁਣ ਅੱਛਾ, ਤੁਸੀਂ ਜਿਹੜਾ ਪੈਲਸ ਵੀ ਬੁੱਕ ਕੀਤਾ ਹੋਊਗਾ ਪਹਿਲਾਂ? ਹੋਟਲ ਬੁੱਕ ਕੀਤਾ, 2 ਵਾਰੀ ਕੈਂਸਲ ਕਰਤਾ ਜੀ। ਅੱਛਾ, 2 ਵਾਰੀ ਕੈਂਸਲ ਹੋ ਗਏ। ਖਰਚਾ ਵੀ ਬਹੁਤ ਹੋਊਗਾ ਹੋਟਲ ਦਾ ਜਿਹੜਾ? ਸਾਈ ਫੜਾਈ ਵੀ ਸੀ ਮੇਰੀ, 2 ਵਾਰੀ ਕੈਂਸਲ ਹੋ ਗਈ। 2 ਵਾਰੀ ਕੈਂਸਲ ਹੋ ਗਈ। ਬਾਕੀ ਕਾਰਡ ਕੂਡ ਛਪਾਏ ਜਾਂ ਹੋਰ ਗੱਡੀਆਂ ਗੁੱਡੀਆਂ ਸਾਰਾ ਜੇ ਛਪਾਉਣੇ ਸੀਗੇ? ਮੈਂ ਛਪਾਏ ਨਹੀਂ ਜਦੋਂ ਪਹਿਲਾਂ 2 ਵਾਰੀ ਕੈਂਸਲ ਹੋ ਗਿਆ ਜੀ। ਅੱਛਾ। ਅਤੇ ਹੁਣ ਮੈਂ ਘਰੇ ਕਹਿਣਾ ਵੀ ਘਰੇ ਚੁੰਨੀ ਚੜਾਵਾ ਦਾ ਕਰੀਏ ਜੀ, ਹੁਣ ਚੁੰਨੀ ਚੜਾਵਾ ਦਾ ਘਰੇ ਕਰਨਾ ਸੀ। ਚੁੰਨੀ ਚੜਾਵਾ ਹੁਣ ਘਰੇ? ਹਾਂਜੀ ਹਾਂਜੀ। ਹੁਣ ਕੀ ਕਹਿੰਦੇ? ਹੁਣ ਐਂਟਰ ਨਹੀਂ ਹੋਣ ਦਿੱਤਾ ਜੀ, ਗੇਟ 'ਚੋਂ ਮੋੜਤਾ ਜੀ। ਹੁਣ ਕੀ ਮੰਗ ਇਸ ਤਰ੍ਹਾਂ ਦੇ ਜਿਹੜੇ? ਉਹ ਕਹਿੰਦੇ ਹਜੇ 2 ਮਹੀਨੇ ਬੰਦ ਹੈ ਜੀ। 2 ਮਹੀਨੇ? ਹਾਂ। ਹੁਣ 3ਵੀਂ ਵਾਰ ਹੁਣ ਜਿਹੜਾ ਤੁਸੀਂ ਚੁੰਨੀ ਚੜਾਵਾ ਕਰੋਗੇ? ਚੁੰਨੀ ਚੜਾਵਾ ਜੀ। ਹਾਂਜੀ, ਗੇਟ 'ਚ ਕਿਹਾ ਐਂਟਰ ਨਹੀਂ ਹੋਣ ਦਿੱਤਾ ਸਾਨੂੰ, ਮਹੀਨਾ ਉਹ ਕਹਿੰਦੇ ਪਾਸ ਨਹੀਂ ਬਣਦੇ। ਇਸੀ ਦਫ਼ਤਰ ਪਹੁੰਚੇ ਹੋਏ ਤੁਸੀਂ, ਕਿਵੇਂ ਕੀ ਗੱਲ ਹੈ? ਇਹ ਸਰ, ਮੈਂ ਇੱਥੋਂ ਗੇਟ ਤੋਂ ਵਾਪਸ ਕਰਤਾ ਇਹਨਾਂ ਨੇ ਜੀ। ਪਹਿਲਾਂ ਮੇਰਾ 2 ਵਾਰੀ ਪ੍ਰੋਗਰਾਮ ਬੁੱਕ ਕੀਤਾ ਸੀ, 2 ਵਾਰੀ ਕੈਂਸਲ ਹੋ ਗਿਆ ਸਰ। ਇਹ 3ਵੀਂ ਵਾਰੀ ਮੈਂ ਇਹਨਾਂ ਕੋਲ ਆਇਆ ਜੀ, ਗੇਟ ਤੋਂ ਮੈਨੂੰ ਐਂਟਰ ਨਹੀਂ ਹੋਣ ਦਿੱਤਾ, ਮੁਲਾਜ਼ਮ ਕਹਿੰਦੇ ਵੀ ਅੰਦਰ ਨਹੀਂ ਜਾਣਾ, ਅਤੇ ਇਸ ਕਰਕੇ ਹੁਣ ਮੈਂ ਵਾਪਸ ਚੱਲਿਆ ਸਰ। ਇਹਦੀ ਮੈਰਿਜ ਕਿਹਦੀ ਸੀ? ਗੁੜੀਆ ਜੀ ਮੇਰੀ, ਜੋਤੀ ਸ਼ਰਮਾ। ਅੱਛਾ। ਹੁਣ ਸਰ ਮੈਂ ਚੁੰਨੀ ਚੜਾ ਦਾ ਪ੍ਰੋਗਰਾਮ ਘਰ ਰੱਖਣਾ ਜੀ। ਪਹਿਲਾਂ 2 ਵਾਰੀ ਕਿੱਥੇ ਰੱਖਿਆ ਗਿਆ ਸੀ? ਕ੍ਰਿਸ਼ਨਾ ਕਾਉਂਟਿੰਗ ਹੋਟਲ 'ਚ ਸੀ ਸਰ, 2 ਵਾਰੀ ਮੇਰਾ ਕੈਂਸਲ ਹੋ ਗਿਆ। 3ਵੀਂ ਵਾਰੀ ਹੁਣ ਮੇਰੀ ਮਜ਼ਬੂਰੀ ਹੈ, ਉਹਨਾਂ ਦੀ ਮਜ਼ਬੂਰੀ ਹੈ ਸਰ, ਉਹਨਾਂ ਦੇ ਫਾਦਰ ਸਾਹਿਬ ਢਿੱਲੇ ਹੈ, ਅਤੇ ਇਸ ਕਰਕੇ ਮੈਂ ਘਰੇ ਪ੍ਰੋਗਰਾਮ ਰੱਖਣ ਆਇਆ ਸੀਗਾ ਜੀ। ਮੈਂ ਪਾਸ ਬਣਵਾ ਲਈਏ, ਇਸ ਕਰਕੇ ਸਰ ਮੈਂ ਦੇਖੀ। ਪਹਿਲਾਂ ਕਿੰਨੇ ਬੰਦਿਆਂ ਦਾ ਅਰੇਂਜਮੈਂਟ ਕੀਤਾ ਗਿਆ? ਪਹਿਲਾਂ 150 ਬੰਦਿਆਂ ਦਾ ਅਰੇਂਜਮੈਂਟ ਸੀ ਸਰ ਹੋਟਲ 'ਚ। ਹਾਂਜੀ। ਹੁਣ ਸਰ 15 ਬੰਦਿਆਂ ਮਤਲਬ ਕਿ ਕੀਤਾ ਆਪਾਂ, ਵਿੱਚੋਂ ਨਹੀਂ ਚੜਾ ਕੇ 15 ਬੰਦਿਆਂ ਦਾ, ਅਤੇ ਉਹ ਲੈ ਜਾਣਗੇ ਸਰ ਗੁੜੀਆ। ਅੱਛਾ, ਪਹਿਲਾਂ ਹੋਟਲ ਬੁੱਕ ਕੀਤੇ ਆ ਤੇ ਸਾਰਾ ਖਾਣਾ ਪੀਣਾ ਵੀ ਬੁੱਕ ਕੀਤਾ ਹੋਊਗਾ? ਹਾਂਜੀ ਹਾਂਜੀ ਸਰ। ਕਿੰਨਾ ਕੁ ਨੁਕਸਾਨ ਵੀ ਹੋਇਆ ਜੀ? ਉਹ ਸਰ 1000 ਰੁਪਈਆ ਪਲੇਟ ਕੀਤੀ ਵੀ ਸੀ ਮੇਰੀ, 150 ਬੰਦੇ ਦੀ। 150 ਬੰਦੇ ਦੀ 1000 ਰੁਪਈਆ ਪਲੇਟ? ਹਾਂਜੀ ਹਾਂ ਸਰ। ਹੁਣ ਸਾਰਾ ਕੈਂਸਲ ਕਰਨਾ? ਕੈਂਸਲ ਕਰਨਾ ਪਏਗਾ ਸਰ।